ਇਸ ਵੇਲੇ ਅਸੀਂ ਖੜੇ ਹਾਂ ਆਨੰਦਪੁਰ ਸਾਹਿਬ ਤੋਂ ਤਕਰੀਬਨ 50 ਕਿਲੋਮੀਟਰ ਦੂਰ। ਸਥਾਨ ਦਾ ਨਾਮ ਹੈ ਸਲੂਰੀ ਪਿੰਡ ਹੈ ਔਰ ਇੱਥੇ ਹੀ 10ਵੇਂ ਪਾਤਸ਼ਾਹ ਕਦੇ ਨਦੌਣ ਸਾਹਿਬ ਤੋਂ ਵਾਪਸ ਆਉਂਦੇ ਹੋਏ ਇੱਥੇ ਰੁਕੇ ਸਨ। ਨਦੌਣ ਦੂਜੀ ਜੰਗ ਵੇਲੇ ਗਏ ਸਨ। ਜਾਣ ਵੇਲਿਆਂ ਕਾਲੀ ਸੀ, ਗੁਰੂ ਸਾਹਿਬ ਤੇ ਸਿੰਘ ਮੰਜਲਾਂ ਮਾਰਦੇ ਹੋਏ ਬਹੁਤ ਤੇਜ਼ੀ ਨਾਲ ਨਦੌਣ ਪਹੁੰਚੇ ਸਨ। ਜੰਗ ਜਿੱਤ ਕੇ ਜਦੋਂ ਵਾਪਸ ਆਏ ਹਨ ਉਦੋਂ ਗੁਰੂ ਸਾਹਿਬ ਜੀ ਕੋਲ ਕਾਫੀ ਸਮਾਂ ਸੀ। ਜਿਹੜੀ ਪਿੱਛੇ ਤੁਸੀਂ ਨਦੀ ਦੇਖ ਰਹੇ ਹੋ ਇਸ ਨੂੰ ਸਵਾਂ ਨਦੀ ਕਿਹਾ ਜਾਂਦਾ ਹੈ। ਵੈਸੇ ਇਹ ਸਤਲੁਜ ਦਾ ਹੀ ਹਿੱਸਾ ਹੈ। ਊਨਾ ਸ਼ਹਿਰ ਉੱਥੋਂ ਅਸੀਂ 16 ਕਿਲੋਮੀਟਰ ਦੂਰ ਹਾਂ। ਇਹ ਰੋਡ ਊਨੇ ਤੋਂ ਅੰਬ ਨੂੰ ਜਾ ਰਹੀ ਹੈ। ਉਸ ਰਸਤੇ ਦੇ ਉੱਤੇ ਤਕਰੀਬਨ ਕਹਿ ਲਈਏ ਕਿ 12-13 ਕਿਲੋਮੀਟਰ ਦੂਰ ਆਣ ਕੇ ਤੁਸਾੜਾ ਨਾਂ ਦਾ ਅੱਡਾ ਆਉਂਦਾ ਹੈ, ਜਿੱਥੋਂ ਇੱਕ ਛੋਟੀ ਲਿੰਕ ਰੋਡ ਖੱਬੇ ਹੱਥ ਨੂੰ ਪਾੜਦੀ ਹੈ। ਤਕਰੀਬਨ 1.5-2 ਕਿਲੋਮੀਟਰ 'ਤੇ ਪਹਾੜੀ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ। ਪਿੱਛੇ ਇਹ ਨਦੀ ਹੈ, ਬਹੁਤ ਨੀਵਾਂ ਥਾਂ ਹੈ, ਤਕਰੀਬਨ 100-125 ਫੁੱਟ ਗਹਿਰਾਈ ਹੋਵੇਗੀ। ਗੁਰਦੁਆਰਾ ਕੋਸ਼ ਸ਼੍ਰੋਮਣੀ ਕਮੇਟੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਰਿਆਸਤ ਹਿਮਾਚਲ ਪ੍ਰਦੇਸ਼ ਵਿੱਚ ਹੈ ਅਤੇ ਊਨਾ ਅੰਬ ਸੜਕ 'ਤੇ ਹੈ। ਕਲਗੀਧਰ ਜੀ ਇੱਥੇ ਠਹਿਰੇ ਸਨ ਤਾਂ ਪਹਿਲੀ ਵਾਰ 1829 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਸਥਾਨ 'ਤੇ ਇੱਕ ਛੋਟਾ ਜਿਹਾ ਸਥਾਨ ਬਣਾਇਆ ਸੀ। ਪਰ ਇੱਥੋਂ ਦੇ ਵੀਰਾਂ ਨੇ ਦੱਸਿਆ 1988 ਦੇ ਵਿੱਚ ਜਦੋਂ ਵੱਡੇ ਹੜ੍ਹ ਆਏ ਸੀਗੇ ਉਸ ਵੇਲੇ ਇਹ ਪਹਾੜੀ ਖੁਰ ਗਈ। ਬਿਲਡਿੰਗ ਢਹਿ ਢੇਰੀ ਨਹੀਂ ਹੋਈ ਪਰ ਉਸ ਦੇ ਵਿੱਚ ਤਰੇੜਾਂ ਆ ਗਈਆਂ। ਉਸ ਤੋਂ ਬਾਅਦ 'ਚ ਇੱਥੋਂ ਦੀ ਸੰਗਤ ਨੇ ਆਨੰਦਪੁਰ ਸਾਹਿਬ ਕਿਲ੍ਹਾ ਆਨੰਦਗੜ੍ਹ ਕਾਰ ਸੇਵਾ ਬਾਬਾ ਲਾਭ ਸਿੰਘ ਜੀ ਜੋ ਸੇਵਾ ਉਸ ਵੇਲੇ ਕਰ ਰਹੇ ਸਨ ਜਾ ਕੇ ਬੇਨਤੀ ਕੀਤੀ। ਉਸ ਵੇਲੇ ਸੇਵਾ ਸ਼ੁਰੂ ਹੋਈ। ਅੱਜ ਇਸ ਅਸਥਾਨ 'ਤੇ ਥੱਲੇ ਲੰਗਰ ਹਾਲ ਹੈ। ਸੰਗਤ ਦੇ ਰੁਕਣ ਵਾਸਤੇ ਵੀ 2-3 ਕਮਰੇ ਹਨ ਔਰ ਉੱਤੇ ਬਹੁਤ ਸੋਹਣਾ ਅਸਥਾਨ ਹੈ। ਸੰਗਤ ਜੀ ਪਿੱਛੇ ਪਹਾੜੀਆਂ ਹਨ। ਹੁਸ਼ਿਆਰਪੁਰ ਏਰੀਅਲ ਡਿਸਟੈਂਸ ਇੱਥੋਂ ਤਕਰੀਬਨ 26 ਕਿਲੋਮੀਟਰ ਹੈ। ਸੜਕ ਦੇ ਰਸਤੇ ਜਾਈਏ ਤਾਂ ਤਕਰੀਬਨ 50 ਕਿਲੋਮੀਟਰ ਦੂਰ ਹੈ। ਅੱਜ ਵੀ ਇਸ ਸਥਾਨ ਦਾ ਪ੍ਰਬੰਧ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਕੋਲ ਹੈ। ਅੱਜ ਭਾਵੇਂ ਨਦੀ ਵਿੱਚ ਪਾਣੀ ਬਹੁਤ ਥੋੜ੍ਹਾ ਹੈ ਪਰ ਉਦੋਂ ਨਦੀਆਂ ਵਿੱਚ ਪਾਣੀ ਜ਼ਿਆਦਾ ਹੁੰਦੇ ਸੀ। ਪਰ ਉਸ ਵੇਲੇ ਵੀ ਗੁਰੂ ਸਾਹਿਬ ਜੀ ਇੱਥੋਂ ਨਦੀ ਪਾਰ ਕਰਕੇ ਇੱਕ ਨਗੜੌਲੀ ਪਿੰਡ ਹੈ ਜਿੱਥੇ ਅੱਜ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ ਪਹਾੜੀ ਦੇ ਵਿੱਚ, ਉੱਥੇ ਵੀ ਜਾਂਦੇ ਹੁੰਦੇ ਸਨ। ਉਸ ਸਥਾਨ ਦੀ ਸਾਂਝ ਆਪ ਜੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ। ਧਰਤ ਆਨੰਦਪੁਰ ਦੀ ਕਲਗੀਧਰ ਜੀ ਦਾ ਦੀਵਾਨ ਸੱਜਿਆ ਹੋਇਆ ਹੈ ਆਨੰਦਪੁਰ ਸਾਹਿਬ। ਇੱਕ ਦਿਨ ਉਸ ਵੇਲੇ 2 ਕਲੰਦਰ ਆਉਂਦੇ ਹਨ ਜਿਨ੍ਹਾਂ ਕੋਲ ਬਾਂਦਰ ਹੈ ਅਤੇ ਰਿੱਛ ਹੈ। ਕਲਗੀਧਰ ਜੀ ਨੂੰ ਆਣ ਕੇ ਬੇਨਤੀ ਕਰਦੇ ਹਨ, ਅਸੀਂ ਇਹ ਰਿੱਛ ਜੰਗਲ 'ਚੋਂ ਫੜਿਆ ਸੀ, ਅਸੀਂ ਇਸ ਨੂੰ ਟ੍ਰੇਨ ਕੀਤਾ ਹੈ, ਆਪਣੇ ਕਰਤੱਵ ਦਿਖਾਏਗਾ, ਅਸੀਂ ਪਹਿਲੀ ਵਾਰ ਕਰਤੱਵ ਆਪ ਜੀ ਦੀ ਹਜ਼ੂਰੀ 'ਚ ਇੱਥੇ ਦਿਖਾਉਣਾ ਚਾਹੁੰਦੇ ਹਾਂ। ਕਲਗੀਧਰ ਜੀ ਕਹਿੰਦੇ ਕੋਈ ਗੱਲ ਨਹੀਂ, ਰੁਕ ਜਾਓ, ਦੀਵਾਨ ਤੋਂ ਬਾਅਦ 'ਚ ਤੁਹਾਨੂੰ ਸਮਾਂ ਦਿੱਤਾ ਜਾਵੇਗਾ। ਦੀਵਾਨ ਲੱਗਦਾ ਹੈ, ਉਹ ਫਿਰ ਬਾਂਦਰ ਅਤੇ ਰਿੱਛ ਦਾ ਤਮਾਸ਼ਾ ਦਿਖਾਉਣ ਲੱਗ ਪੈਂਦੇ ਹਨ। ਸੰਗਤ ਵੀ ਉਹਨਾਂ ਦੇ ਤਮਾਸ਼ੇ ਦੇਖ ਕੇ ਹੱਸ ਰਹੀ ਹੈ, ਲੋਟ ਪੋਟ ਹੋ ਰਹੀ ਹੈ। ਜਿੱਥੇ ਕਲਗੀਧਰ ਜੀ ਬੈਠੇ ਹਨ ਉਹਨਾਂ ਨੂੰ ਉਸ ਵੇਲੇ ਭਾਈ ਕੀਰਤੀਆ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ। ਭਾਈ ਕੀਰਤੀਆ ਵੀ ਬਹੁਤ ਖੁਸ਼ ਅਤੇ ਲੋਟ ਪੋਟ ਹੋ ਰਿਹਾ ਹੈ ਰਿਸ਼ ਨੂੰ ਦੇਖ ਕੇ। ਇੰਨਾ ਖੁਸ਼ ਹੋ ਰਿਹਾ ਹੈ ਕਿ ਉਸ ਦੇ ਹੱਥੋਂ ਹੱਸਦਿਆਂ ਹੱਸਦਿਆਂ ਚੌਰ ਸਾਹਿਬ ਵੀ ਡਿੱਗ ਪਿਆ। ਕਲਗੀਧਰ ਜੀ ਮੁਸਕਰਾ ਰਹੇ ਹਨ ਔਰ ਪੁੱਛਦੇ ਹਨ ਭਾਈ ਕੀਰਤੀਆ ਤੂੰ ਇੰਨਾ ਕਿਉਂ ਖੁਸ਼ ਹੈ? ਕਹਿੰਦਾ ਜੀ ਮੈਂ ਰਿਸ਼ ਦਾ ਤਮਾਸ਼ਾ ਪਹਿਲੀ ਵਾਰ ਦੇਖਿਆ ਹੈ। ਗੁਰੂ ਸਾਹਿਬ ਕਹਿੰਦੇ ਇਹ ਰਿਸ਼ ਦੇ ਵੱਲ ਧਿਆਨ ਨਾ ਦੇਖ ਕੇ ਦੱਸ ਇਹ ਕੌਣ ਹੈ? ਤਾਂ ਭਾਈ ਕੀਰਤੀਆ ਕਹਿੰਦਾ ਜੀ ਇਹ ਰਿੱਛ ਦਾ ਹੀ ਬੱਚਾ ਹੈ ਔਰ ਕਲੰਦਰ ਇਸ ਨੂੰ ਫੜ ਕੇ ਲਿਆਏ ਹਨ, ਇਹ ਤਮਾਸ਼ਾ ਦਿਖਾਉਂਦਾ ਹੈ। ਗੁਰੂ ਸਾਹਿਬ ਫਿਰ ਕਹਿੰਦੇ ਹਨ ਧਿਆਨ ਦੇ ਨਾਲ ਦੇਖ ਇਹ ਰਿੱਛ ਕੌਣ ਹੈ? ਕਹਿੰਦਾ ਹੈ ਬਸ ਰਿੱਛ ਦਾ ਬੱਚਾ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਤੇਰਾ ਪਿਤਾ ਸੋਭਾ ਰਾਮ ਹੈ। ਉਸ ਵੇਲੇ ਉਹਦੇ ਹੱਥੋਂ ਸੱਚਮੁੱਚ ਹੀ ਘਬਰਾ ਕੇ ਚੌਰ ਸਾਹਿਬ ਡਿੱਗ ਪੈਂਦਾ ਹੈ ਨਾ, ਬੜਾ ਗੁੱਸੇ 'ਚ ਆ ਗਿਆ। ਕਲਗੀਧਰ ਜੀ ਨੂੰ ਕਹਿੰਦਾ ਮੇਰੇ ਪਿਤਾ ਨੇ ਵੱਡੇ ਗੁਰੂ ਸਾਹਿਬਾਨਾਂ ਦੀ ਅਤੇ ਤੁਹਾਡੀ ਸੇਵਾ ਕੀਤੀ ਹੈ, ਜੇ ਉਸ ਸੇਵਾ ਦੇ ਬਦਲੇ ਉਸਨੂੰ ਰਿੱਛ ਦਾ ਹੀ ਜਨਮ ਮਿਲਣਾ ਸੀ ਤਾਂ ਆ ਲਓ ਆਪਣੀ ਸਿੱਖੀ, ਆ ਲਓ ਆਪਣੀ ਸੇਵਾ, ਅੱਜ ਤੋਂ ਮੈਂ ਵੀ ਸੇਵਾ ਨਹੀਂ ਕਰਨੀ। ਉਸ ਵੇਲੇ ਕਲਗੀਧਰ ਜੀ ਨੇ ਸਮਝਾਇਆ ਗੁੱਸਾ ਨਾ ਕਰ, ਤੇਰਾ ਪਿਓ ਸੋਭਾ ਰਾਮ ਬਹੁਤ ਪਿਆਰਾ ਗੁਰਸਿੱਖ ਸੀ, ਸੇਵਾ ਵੀ ਬਹੁਤ ਕਰਦਾ ਸੀ, ਪਰ ਸੇਵਾ ਕਰਦਿਆਂ ਕਰਦਿਆਂ ਜਦੋਂ ਨਿਮਰਤਾ 'ਚ ਜਾਣਾ ਚਾਹੀਦਾ ਹੈ ਪਰ ਉਹ ਨਿਮਰਤਾ ਵਿੱਚ ਜਾਣ ਦੀ ਥਾਂ 'ਤੇ ਹੰਕਾਰੀ ਹੋ ਗਿਆ ਸੀਗਾ। ਇੱਕ ਦਿਨ ਉਹ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਰਿਹਾ ਹੈ, ਬਾਹਰੋਂ ਇੱਕ ਕਿਸਾਨ ਸਿੱਖ ਆਇਆ ਜਿਸ ਦਾ ਨਾਂ ਧੰਨਾ ਸਿੰਘ ਸੀ।
ਉਹ ਆਪਣੀ ਰਸਦ ਦਸਵੰਧ ਰੂਪ ਲੰਗਰਾਂ ਵਿੱਚ ਪਾਉਣ ਆਇਆ ਸੀ। ਉਸ ਨੇ ਆਪਣੀ ਬੈਲ ਗੱਡੀ ਬਾਹਰ ਖੜ੍ਹੇ ਕਰਕੇ ਸੋਚਿਆ ਕਿ ਮੈਂ ਛੇਤੀ ਛੇਤੀ ਥੋੜ੍ਹੀ ਜਿਹੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਜਾਵਾਂ। ਤਾਂ ਉਸ ਵੇਲੇ ਤੇਰਾ ਪਿਤਾ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਰਿਹਾ ਸੀ। ਉਹ ਭਾਈ ਧੰਨਾ ਸਿੰਘ ਨੇ ਵਾਰ ਵਾਰ ਅੱਗੇ ਹੱਥ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਦੇਗ ਛੇਤੀ ਮਿਲ ਜਾਵੇ ਤਾਂ ਜੋ ਮੈਂ ਬਾਹਰ ਜਾ ਕੇ ਆਪਣੀ ਬੈਲ ਗੱਡੀ ਸਾਂਭ ਸਕਾਂ। ਪਰ ਤੇਰਾ ਪਿਤਾ ਸੋਭਾ ਰਾਮ ਨੇ ਉਸ ਵੇਲੇ ਕਿਹਾ, ਟਿਕ ਕੇ ਬਹਿ ਜਾ, ਕਿਉਂ ਰਿੱਛ ਦੀ ਤਰ੍ਹਾਂ ਨੱਚੀ ਜਾਂਦਾ ਹੈ। ਉਸ ਵੇਲੇ ਉਸ ਗੁਰਸਿੱਖ ਨੇ ਜ਼ਮੀਨ 'ਤੇ ਡਿੱਗੀ ਹੋਈ ਕੜਾਹ ਪ੍ਰਸ਼ਾਦ ਦੀ ਥੋੜ੍ਹੀ ਜਿਹੀ ਦੇਗ ਚੁੱਕ ਕੇ ਛੱਕ ਲਈ। ਸਹਿਜ ਸੁਭਾਏ ਕਹਿ ਦਿੱਤਾ, ਨੱਚ ਤੂੰ ਰਿੱਛ ਵਾਂਗੂ ਨਕੇਲ ਪਵਾ ਕੇ, ਮੈਂ ਕਿਉਂ ਨੱਚਾਂ। ਤਾਂ ਉਹ ਗੁਰਸਿੱਖ ਉੱਥੋਂ ਚਲਾ ਗਿਆ। ਉਸ ਵੇਲੇ ਫਿੱਕੇ ਬਚਨ ਬੋਲਣ ਬਦਲੇ ਤੇਰੇ ਪਿਤਾ ਨੂੰ ਫਿਰ ਰਿੱਛ ਦੀ ਜੂਨ ਵਿੱਚ ਪੈਣਾ ਪਿਆ। ਗੁਰਬਾਣੀ ਦਾ ਫੁਰਮਾਨ ਹੈ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਐ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਹੰਕਾਰ ਤੇ ਫਿੱਕੇ ਬੋਲਾਂ ਦੇ ਕੰਬੀਨੇਸ਼ਨ ਨੇ ਉਸਨੂੰ ਇਹ ਜੂਨ ਲੈਣ ਵਿੱਚ ਮਜਬੂਰ ਕਰ ਦਿੱਤਾ। ਸੰਗਤ ਨੇ ਉਸ ਵੇਲੇ ਬੇਨਤੀ ਕੀਤੀ, ਗੁਰੂ ਸਾਹਿਬ ਜੀ ਫਿਰ ਇਹ ਭਾਈ ਸੋਭਾ ਰਾਮ ਦਾ ਹੁਣ ਉਧਾਰ ਕਿੱਦਾਂ ਹੋਵੇਗਾ, ਇਹਨੂੰ ਫਿਰ ਗੁਰੂ ਕੀ ਸੇਵਾ ਕਰਨ ਦਾ ਕੀ ਫਲ ਮਿਲਿਆ। ਗੁਰੂ ਸਾਹਿਬ ਕਹਿੰਦੇ, ਇਸ ਨੇ ਗੁਰੂ ਕੀ ਸੇਵਾ ਕੀਤੀ ਸੀ ਤਾਂ ਹੀ ਇਹ ਦੁਨੀਆ ਸਾਹਮਣੇ ਨਹੀਂ ਨੱਚਿਆ, ਇਹ ਸਾਡੇ ਹੀ ਦਰਬਾਰ ਦੇ ਵਿੱਚ ਆਣ ਕੇ ਨੱਚਿਆ ਹੈ। ਔਰ ਗੁਰੂ ਸਾਹਿਬ ਜੀ ਨੇ ਆਪਣਾ ਸੀਤ ਪ੍ਰਸਾਦ ਉਸ ਨੂੰ ਪਾ ਦਿੱਤਾ। ਉਸ ਰਿੱਛ ਨੇ ਉਸ ਨੂੰ ਛਕਿਆ ਅਤੇ ਉਸ ਤੋਂ ਬਾਅਦ ਚੋਂ ਪ੍ਰਾਣ ਤਿਆਗ ਗਿਆ। ਗੁਰੂ ਸਾਹਿਬ ਕਹਿੰਦੇ, ਇਹ ਭਾਈ ਸੋਭਾ ਰਾਮ ਦੀ ਕਲਿਆਣ ਹੋਈ ਹੈ। ਔਰ ਸੰਗਤ ਨੂੰ ਵੀ ਸਮਝਾਇਆ, ਸੇਵਾ ਕਰਦਿਆਂ ਕਰਦਿਆਂ ਮਨ ਨਿਮਰਤਾ ਵਿੱਚ ਜਾਣਾ ਚਾਹੀਦਾ ਹੈ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ, ਫਿਰ ਪਾਪਾਂ ਦਾ ਨਿਬੇੜਾ ਹੁੰਦਾ ਹੈ। ਗੁਰਬਾਣੀ ਦਾ ਹੀ ਫੁਰਮਾਨ ਹੈ, ਵਿੱਚ ਹਉਮੈ ਸੇਵਾ ਥਾਂਏ ਨਾ ਪਾਏ, ਹਉਮੈ ਨਾਲ ਕੀਤੀ ਹੋਈ ਸੇਵਾ ਥਾਵੇਂ ਨਹੀਂ ਪੈਂਦੀ। ਜਨਮ ਮਰੈ ਫਿਰ ਆਵੈ ਜਾਏ, ਬੰਦਾ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ। ਅਸੀਂ ਕਹਿੰਦੇ ਹਾਂ ਜੰਮਣਾ ਖੁਸ਼ੀ ਹੈ ਅਤੇ ਮਰਨਾ ਦੁੱਖ ਹੈ। ਗੁਰਬਾਣੀ ਅਨੁਸਾਰ ਜੰਮਣਾ ਵੀ ਦੁੱਖ ਹੈ, ਮਰਨਾ ਵੀ ਦੁੱਖ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਇੱਕ ਹੀ ਲਾਹ ਹੈ ਕਿ ਉਸ ਪਰਮੇਸ਼ਰ ਦੀ ਬੰਦਗੀ ਕੀਤੀ ਜਾਵੇ। ਇਹ ਅਸਥਾਨ ਪਿੱਛੋਂ ਠੰਡੀ ਠੰਡੀ ਹਵਾ ਆ ਰਹੀ ਹੈ, ਰਮਣੀਕ ਅਸਥਾਨ ਹੈ। ਦੂਰ ਦੂਰ ਤੱਕ ਪਹਾੜ ਦਿਖਦੇ ਹਨ, ਦੂਰ ਦੂਰ ਤੱਕ ਫਸਲਾਂ ਦਿਖਦੀਆਂ ਹਨ। ਇਹ ਸਵਾਹ ਨਦੀ ਦੇ ਕੰਢੇ ਸਲੂਰੀ ਪਿੰਡ, ਸਲੂਰੀ ਸਾਹਿਬ ਪਾਤਸ਼ਾਹੀ ਦਸਵੀਂ ਗੁਰੂ ਸਾਹਿਬ ਦਾ ਇਹ ਬਹੁਤ ਸੋਹਣਾ ਸਥਾਨ ਬਣਿਆ ਹੈ। ਸੰਗਤ ਜੀ ਇੱਥੇ ਆਣ ਕੇ ਦਰਸ਼ਨ ਕਰਕੇ ਜਾਣੇ ਜੀ। ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਯੂਟਿਊਬ 'ਤੇ ਆਪ ਸਬਸਕ੍ਰਾਈਬ ਕਰੋ, ਹੋਰਨਾਂ ਨੂੰ ਵੀ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।